ਅਸਲਾਮ ਵਾਲੇਕੁਮ ਸਖਤ, ਕਿਆ ਹਾਲ ਹੈ? ਠੀਕ ਹੋ ਰਹੀ ਆ? ਅਤੇ ਈ ਜੋ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਨੂੰ ਸ਼ੇਅਰ ਕਰਨ ਆਵਾਂ। ਪਹਿਲੀ ਖਬਰ ਸਾਊਦੀ ਟ੍ਰੈਫਿਕ ਪੁਲਿਸ ਦੇ ਹਵਾਲੇ ਨਾਲ ਹੈ। ਸਾਊਦੀ ਟ੍ਰੈਫਿਕ ਪੁਲਿਸ ਦੇ ਖੁਫੀਆ ਯੂਨਿਟ ਈਦ ਦੇ ਤਰਾਏ ਜਾਣੀ ਦੇ ਦੌਰਾਨ ਸਾਊਦੀ ਅਰਬ ਦੇ ਮੁਖਤਲਿਫ ਸ਼ਹਿਰਾਂ ਵਿੱਚ ਇੰਜੀਨ ਡਰਾਈਵਰਾਂ ਕੋਲ ਚਲਾਨ ਕੀਤੇ ਹੋਏ, ਜੁਰਮਾਨੇ ਕੀਤੇ ਹੋਏ ਨੇ, ਜਿਹੜੇ ਗਾਡੀ ਦਾ ਨੰਬਰ ਪਲੇਟ ਕਹਿਣ ਲਈ ਵਧੇ ਜਾਂ ਓਵਰ ਸਪੀਡ ਕਰਦੇ ਹਨ ਜਾਂ ਇਸ਼ਾਰੇ ਨੇ ਬਗੈਰ ਅਚਾਨਕ ਆਪਣੀ ਟਰੈਕ ਤਬਦੀਲ ਕਰਤੇ ਵੀ ਟਰੈਕ ਤੇ ਵੀ ਲੈਣ ਤੇ ਭੇਜ ਵੇਂਦੇ ਹਨ। ਇੰਨੇ ਕੁ ਸਾਊਦੀ ਟ੍ਰੈਫਿਕ ਪੁਲਿਸ ਦੇ ਖੁਫੀਆ ਯੂਨਿਟ ਜਿਹੜੇ ਉਹ ਟਾਈਮ ਆਮ ਗਾਡੀਆਂ ਦੇ ਉੱਤੇ ਰੋਡਾਂ ਦੇ ਚਲਦੇ ਵਧੇ ਹਨ, ਜੁਰਮਾਨੇ ਕਿਤੇ ਨੇ, ਨਾਲ ਇਹਨੇ ਖਿਲਾਫ਼ ਵਰਜੀਆਂ ਦੀ ਇਹਨਾਂ ਦੀ ਵੀਡੀਓ ਹੀ ਰਿਕਾਰਡ ਕੀਤੀ ਨੇ ਤਾਂ ਕਿ ਕੋਈ ਡਰਾਈਵਰ ਇਤਰਾਦ ਨਾ ਲਾ ਸਕੇ ਜੋ ਇਹ ਜੁਰਮਾਨਾ ਮਕੂ ਗਲਤ ਥਾਏ। ਪਹਿਲੇ ਵੀਡੀਓ ਰਿਕਾਰਡ ਕੀਤੀ ਨੇ, ਸਬੂਤ ਇਕੱਠਾ ਕੀਤੇ ਨੇ, ਵਾਲਾ ਇਹਨੇ ਕੋ ਰੋਕ ਤੇ ਜੁਰਮਾਨੇ ਕਿਤੇ ਨੇ। ਵੀ ਖਬਰ ਮੱਕਾ ਮੁਕਰਮਾ ਰਹਿਜਾਂ ਨੇ ਤੇ ਖਤੂਨ ਨਾਲ ਛੇੜਖਾਨੀ ਕਰਨ ਦੇ ਉੱਤੇ ਮੱਕਾ ਮੁਕਰਮਾ ਰਹਿਜਾਂ ਪੁਲਿਸ ਇੱਕ ਗੈਰ ਮੁਲਕੀ ਕੋ ਪਕੜੀਏ। ਈ ਗੈਰ ਮੁਲਕੀ ਦੇ ਬਾਰੇ ਖਤੂਨ ਕਾਲ ਕਰਤੇ ਪੁਲਿਸ ਕੋ ਸ਼ਿਕਾਇਤ ਕੀਤੀ ਏ, ਪੁਲਿਸ ਵਾਲਾ ਇਕੂ ਪਕੜੀਏ। ਈ ਗੈਰ ਮੁਲਕੀ ਦੇ ਬਾਰੇ ਦੱਸਣੇ ਪਏ ਮੈਨੂੰ ਮਸਰੀ ਸ਼ਹਿਰੀ ਏ, ਇਹਦੇ ਉੱਤੇ ਹਿਰਾਸਾ ਕਰਨ ਦਾ ਮੁਕੱਦਮਾ ਦਾਇਰ ਕਰ ਦਿੱਤੇ ਨੇ ਅਤੇ ਮੁਤਾਲਕਾ ਇਦਾਰੇ ਦੇ ਹਵਾਲੇ ਕਰ ਦਿੱਤੇ ਨੇ। ਵੀ ਖਬਰ ਸਾਊਦੀ ਅਰਬ ਫਲਸਤੀਨੀ ਆਵਾਮ ਕੀਤੇ ਇਮਦਾਦੀ ਸਮਾਨ ਦਾ ਤਿਆਰਾ ਮਸਰ ਪਹੁੰਚਾ ਦਿੱਤੇ। ਈ ਟਾਈਮ ਸਾਊਦੀ ਅਰਬ ਜਿਤਨੀ ਤਿਆਰੇ ਭੇਜੀ ਖੜ੍ਹੇ ਇਹਨਾਂ ਦੀ ਤਾਦਾਦ 45 ਥੀ ਚੁੱਕੀ ਏ। ਇਹ ਸਾਊਦੀ ਤਿਆਰਾ ਮਸਰ ਦੇ ਅਲ ਅਰੀਸ਼ ਬੈਨ ਅਲਕਵਾਮੀ ਏਅਰਪੋਰਟ 'ਤੇ ਪਹੁੰਚੇ, ਇੱਥੋਂ ਸਮਾਨ ਲਹਾ ਅਤੇ ਵਾਲਾ ਟਰੱਕਾਂ ਦੇ ਜ਼ਰੀਏ ਗਜ਼ਾ ਪੱਟੀ ਦੇ ਮੁਤਾਸਰੀਨ ਤੱਕ ਪਹੁੰਚਾਏ ਸਨ। ਇਹ ਖਬਰ ਮੱਕਾ ਮੁਕਰਮਾ ਰਹਿਜਾਂ ਦੀ ਬਲਦੀਆ ਰਮਦਾਨ ਸ਼ਰੀਫ ਦੇ ਦੌਰਾਨ ਮੱਛਲੀ ਅਤੇ ਸਬਜ਼ ਮੰਡੀ ਦੇ 200 ਕੋਲੋਂ ਜ਼ਿਆਦਾ ਦੌਰੇ ਕੀਤੇ ਹੋਏ ਨੇ, ਜਿੱਥੇ 9 ਟਨ ਕੋਲੋਂ ਜ਼ਿਆਦਾ ਗੈਰ ਮਿਆਰੀ ਸਮਾਨ ਪਕੜ ਤੇ ਵਾਲਾ ਜ਼ਾਇ ਕਰ ਦਿੱਤੇ ਨੇ। ਇਹ ਸਮਾਨ ਖਾਣ ਪੀਣ ਦੇ ਕਾਬਿਲ ਕਹਿ ਨਾ, ਜਿਹੜੇ ਦੁਕਾਨਦਾਰ ਇਹ ਸਮਾਨ ਕੋ ਰੱਖੀ ਪਾਉਣ ਉਹਨੇ ਕੋ ਨਾਲ ਜੁਰਮਾਨੇ ਵੀ ਕੀਤੇ ਨੇ। ਇਹ ਖਾਣ ਪੀਣ ਦੇ ਸਮਾਨ ਤੇ ਜ਼ਿਆਦਾਤਰ ਮੱਛੀ ਆਈ ਜਿਹੜੀ ਖਰਾਬ ਥਈ ਪਈ ਅਤੇ ਵਾਲਾ ਦੁਕਾਨਾਂ ਦੇ ਉੱਤੇ ਲਾਥੀ ਆਈ। ਟੋਟਲ 73 ਦੁਕਾਨਦਾਰਾਂ ਕੋ ਜੁਰਮਾਨੇ ਕੀਤੇ ਨੇ ਮੱਛੀ ਅਤੇ ਸਬਜ਼ੀ ਮਾਰਕੀਟ ਏ ਤਾਂ। ਵੀ ਖਬਰ ਰਿਆਦ ਰਹਿਜਨ ਕੋਲੋਂ, ਰਿਆਦ ਰਹਿਜਨ ਪੁਲਿਸ ਫਾਇਰਿੰਗ ਕਰਤੇ 2 ਅਫਰਾਦ ਕੋ ਕਤਲ ਕਰਨ ਦੇ ਇਲਜ਼ਾਮ ਏ ਤਾਂ ਇੱਕ ਸਾਊਦੀ ਸ਼ਹਿਰੀ ਕੋ ਪਕੜੀਏ ਅਤੇ ਇਹਦੇ ਕੋਲੋਂ ਕਲਾਸ਼ਨ ਕੋਫ ਵੀ ਬਰਾਮਦ ਕੀਤੇ ਨੇ। ਇਹਨੇ 2 ਕਤਲ ਥੀਣ ਵਾਲੇ ਨੇ ਵਿੱਚੋਂ ਇੱਕ ਔਰਤ ਆਈ ਅਤੇ ਇੱਕ ਮਰਦ ਆ, ਬਾਕੀ ਈ ਬਾਰੇ ਮਜ਼ੀਦ ਤਫਸੀਲ ਕਹਿਣ ਨੇ ਦਿੱਤੀ। ਵੀ ਖਬਰ ਸਾਊਦੀ ਜਨਰਲ ਟਰਾਂਸਪੋਰਟ ਅਥਾਰਟੀ ਰਮਦਾਨ ਸ਼ਰੀਫ ਦੇ ਦੌਰਾਨ ਏਅਰਪੋਰਟਾਂ ਦੇ ਉੱਤੇ ਬਗੈਰ ਲਾਇਸੈਂਸ ਦੇ ਟਰਾਂਸਪੋਰਟ ਫਰਾਮ ਕਰਨ ਵਾਲੇ 2,194 ਡਰਾਈਵਰਾਂ ਦੇ ਖਿਲਾਫ਼ ਕਾਰਵਾਈ ਕੀਤੀ ਏ ਅਤੇ 1,217 ਗਾਡੀਆਂ ਜ਼ਬਤ ਕੀਤੀਆਂ ਨੇ ਅਤੇ ਨਾਲ 5,000 ਰਿਆਲ ਦੇ ਜੁਰਮਾਨੇ ਕੀਤੇ ਨੇ। ਇਹਨੇ ਖਿਲਾਫ਼ ਵਰਜੀਆਂ ਦੇ ਦੌਰਾਨ 734 ਅਫਰਾਦ ਕੋ ਪਕੜੀ ਹੀ ਨੇ ਜਿਹੜੇ ਬਗੈਰ ਇਜਾਜ਼ਤਨਾਮੇ ਦੇ ਬਗੈਰ ਲਾਇਸੈਂਸ ਦੇ ਟਰਾਂਸਪੋਰਟ ਦੀ ਸਹੂਲਤ ਫਰਾਮ ਕਰਨੇ ਪਾਨ ਏਅਰਪੋਰਟ 'ਤੇ ਮੁਸਾਫਰਾਂ ਕੋ। ਏਅਰਪੋਰਟਾਂ ਦੇ ਉੱਤੇ ਜਿਹੜੇ ਦੋਸਤ ਸਵਾਰੀ ਚਾਵਣ ਪਹੁੰਚਾਉਣ ਵੇਂਦੇ ਹੋ ਧਿਆਨ ਕੀਤਾ ਕਰੋ, ਅੱਜਾਂ ਵੀ ਚੈਕਿੰਗ ਸਖਤ ਹੀ ਵੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁ ਖਬਰਾਂ ਜਿਹੜੀਆਂ ਤੁਹਾਨੂੰ ਸ਼ੇਅਰ ਕੀਤੀਆਂ ਮੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਰਾਂ ਨਾਲ ਸ਼ੇਅਰ ਵੀ ਕਰਾਏ। ਅੱਲਾ ਹਾਫਿਜ਼।